ਨਾਲ ਮੈਚ ਸ਼ੁਰੂ ਕਰ ਦੋ ਜਲਦੀ ਦੇ ਨਾਲ ਲਾਸਟ ਕੁਆਟਰ ਚੈੱਕ ਕਰੀ ਲਾਈਵ ਕਿਵੇਂ ਚੱਲਦਾ ਲਓ ਸਵੇਰੇ ਦਾ ਮੈਚ ਹੈ ਦਸਕਵੀ ਰੋਖੇੜ ਦੇ ਮੈਦਾਨ ਦੇ ਵਿੱਚ ਇੱਕ ਪਾਸੇ ਕਹਿੰਦੇ ਨਵੀਂ ਗਾਉਂ ਦੀ ਧਰਤੀ ਦਾ ਅੰਮ੍ਰਿਤ ਹੈ ਤੇ ਦੂਜੇ ਪਾਸੇ ਮਾਲ ਹੈ ਕੋਟੜੇ ਦੀ ਧਰਤੀ ਦਾ ਇੱਕ ਮੋਟਰਸਾਈਕਲ ਜਿੱਧਰ ਹੈ ਤੇ ਐਰ ਤੋਂ ਗੱਲਾਂ ਕਹਿੰਦੇ ਮੇਰੇ ਵੀਰੋ 17.5 ਵਾਸ਼ਿੰਗ ਮਸ਼ੀਨਾਂ ਦਿੱਤੀਆਂ 4 ਚੇਤਕ ਵੀ ਜਿੱਤੇ ਆ ਤੇ 10 ਫਰਿੱਜਾਂ ਦਿੱਤੀਆਂ ਕੂਲਰ ਜਿੱਤੇ ਆ ਚਾਂਦੀ ਦੇ ਕਰੇ ਐਰ ਤੋਂ ਚਾਈਨਾ ਦਾ ਜੇਤੂ ਹੈ ਤੇ ਅਗਲੇ ਸਾਲ ਕਹਿੰਦੇ ਧਰਮਪੁਰ ਵਾਲੇ ਕਹਿੰਦੇ ਆ ਸਕੂਟਰ ਦੇ ਨਾਲ ਵੱਡੇ ਸਨਮਾਨ ਹੋਣੇ ਆ ਮਾਨ ਦੀ ਜਿਹੜਾ ਕਹਿੰਦੇ ਪਲੇਅਰ ਸਟਰਾਈਕ ਦੇਖਦੇ ਆ ਮੇਰੇ ਵੀਰੋ ਖੇਡਦੇ ਮੈਦਾਨ ਦੇ ਵਿੱਚ ਲਓ ਪਹਿਲੇ ਓਵਰ ਦੀ ਸ਼ੁਰੂਆਤ ਕਹਿੰਦੇ ਮੇਰੇ ਵੀਰ ਅੰਮ੍ਰਿਤਾ ਨਵੇਂ ਗਾਉਂ ਦੀ ਧਰਤੀ ਦਾ ਬਾਲਰਾਂ ਤੇ ਹੋਰਲੇ ਦੀਆਂ ਟੀਮਾਂ ਦਾ ਇੱਕ ਇੱਕ ਪਲੇਅਰ ਚਲਦੀ ਦੇ ਨਾਲ ਆਜੋ ਜੀ ਸੈਮੀ ਦੀਆਂ ਟਾਲੀਆਂ ਬਹਿਣ ਖੜੀਆਂ ਨੇ ਲਓ ਪਹਿਲੀ ਬਾਲ ਕਹਿੰਦੇ ਅੰਮ੍ਰਿਤਾ ਨਵੇਂ ਗਾਉਂ ਦੀ ਧਰਤੀ ਦਾ ਮੇਰੇ ਵੀਰੋ ਸੌਰੀ ਬਾਲ ਕਹਿੰਦੇ ਕੁਜਲੀ ਵਾਲੇ ਨੇ ਕਰਨੀ ਆ ਇਹ ਆ ਦੀਪਾ ਕਹਿੰਦੇ ਮੇਰੇ ਵੀਰੋ ਕੁਜਲੀ ਵਾਲਾ ਇੱਧਰ ਦੇਖਦੇ ਆ ਖੇਡ ਦੇ ਮੈਦਾਨ ਦੇ ਵਿੱਚ ਰਣ ਕਹਿੰਦੇ ਸਿੰਗਲ ਹੈ ਰਣ ਕਹਿੰਦੇ ਸਿੰਗਲ ਤੋਂ ਡਬਲ ਡਬਲ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਹੋ ਚੁੱਕੇ ਆ ਦੀਪਾ ਕਹਿੰਦੇ ਕੁਜਲੀ ਦੀ ਧਰਤੀ ਦਾ ਮੇਰੇ ਵੀਰੋ ਬਾਲਾ ਕਹਿੰਦੇ ਸਿਰੇ ਵੀ ਕਰਵਾ ਰਿਹਾ ਇਹ ਆ ਦੀਪਾ ਕਹਿੰਦੇ ਕੁਜਲੀ ਵਾਲਾ ਮੇਰੇ ਵੀਰੋ ਕਿਸੇ ਦਾ ਪੀਰ ਕਮਾਨੋ ਖੁਦ ਦੇ ਓਕਾ ਦਾ ਹੈ ਹਥਿਆਰ ਉਹਦੀ ਜਿੱਤ ਯਕੀਨੀ ਦੋਸਤੋ ਜਿਹੜਾ ਪਹਿਲਾ ਕਰ ਜੇ ਬਾਹਰ ਉਧਰ ਮਾਨ ਨੇ ਕਹਿੰਦੇ ਬਾਹਰ ਕੀਤਾ ਰਨ ਕਹਿੰਦੇ 2 ਬਣੇ ਆ ਮੇਰੇ ਵੀਰੋ
ਆਇਰ ਤੋਂ ਰਨ ਦੱਸੋ ਜੀ ਕਿ ਆਊਗਾ ਪਲੇਅਰ ਪਲੇਅਰ ਜਿਹੜਾ ਆਊਗਾ ਮੇਰੇ ਵੀਰੋ ਗੱਗੀ ਕਹਿੰਦੇ ਆਇਰ ਤੋਂ ਆਈਫੋਨ ਬਈ ਸੈਵਨ ਪਲੱਸ ਦੇ ਚਲਾਣ ਮੈਦਾਨ ਦੇ ਵਿੱਚ ਹੋ ਚੁੱਕੇ ਆ ਸੈਵਨ ਪਲੱਸ ਦੇ ਚਲਾਇਆ ਕਿਸੇ ਦਾ ਫੋਨ ਕੀ ਹੋ ਗਿਆ ਇਹ ਬਾਲ ਤੇ ਆਪਾਂ ਲਿਆਉਣਾ ਮੈਂ ਚੈੱਕ ਆਊਟ ਹੈ ਜੀ ਆਊਟ ਦਾ ਹਿਸਾਬ ਚੱਲਦਾ ਬਈ ਬਾਲ ਐਂਡ ਤੋਂ ਕਹਿੰਦੇ ਸਰੀਰ ਦੀ ਤਕੜੀ ਕੀਤੀ ਆ ਅੰਮ੍ਰਿਤਾ ਨਵੇਂ ਗਾਉਂ ਦੀ ਧਰਤੀ ਦਾ ਉਧਰ ਕਹਿੰਦੇ ਗੱਗੀ ਮੇਰੇ ਵੀਰ ਰਾਮਪੁਰ ਵਾਲਾ ਆਊਟ ਹੋ ਚੁੱਕਿਆ ਖੇਡ ਦੇ ਮੈਦਾਨ ਦੇ ਵਿੱਚ ਰਾਮਪੁਰੇ ਵਾਲਾ ਐਂਡ ਤੋਂ ਕਹਿੰਦੇ ਆਹ ਮੁੰਡੇ ਦੀਆਂ ਵੀ ਗੱਲਾਂ ਕਹਿੰਦੇ ਮੇਰੇ ਵੀਰੋ ਵੱਖਰੀਆਂ ਨੇ ਕਹਿੰਦੇ ਪੰਜਾਬ ਦੇ ਗੱਪਾਂ ਤੇ ਹਰਿਆਣੇ ਦੇ ਗੱਪਾਂ ਤੇ ਕਹਿੰਦੇ ਐਂਡ ਤੋਂ ਕਹਿੰਦੇ ਮੁੰਡਾ ਮੱਲਾਂ ਕਹਿੰਦੇ ਵੱਡੀਆਂ ਮਾਰਦਾ ਮੇਰੇ ਵੀਰੋ ਅਗਲੀ ਬਾਲ ਅੰਮ੍ਰਿਤ ਨਵੇਂ ਗਾਉਂ ਦੀ ਧਰਤੀ ਦਾ ਤੇ ਸਾਹਮਣੇ ਮਾਨ ਹਜੇ ਮੇਰੇ ਵੀਰੋ ਮੈਦਾਨ ਜਾ ਤੇ ਮਾਨ ਦੀ ਕਹਿੰਦੇ ਸਭ ਤੋਂ ਵੱਧ ਮੇਰੇ ਵੀਰੋ ਤੁਬਾਨੀ ਹੈ ਕਹਿੰਦੇ ਦੁਨੀਆ ਮਾਨ ਦੀ ਕਹਿੰਦੇ ਐਂ ਤੋਂ ਲਾਭ ਦੇ ਵਿੱਚ ਕਮੈਂਟ ਵੀ ਪੂਰੇ ਆ ਰਿਹਾ ਕਿ ਮਾਨ ਸਿਰਾ 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 ਭਲੇਗਾ ਪਰ ਅੱਜ ਦੇਖਦੇ ਹਾਂ ਮਾਨ ਕੁਝ ਕਰਦਾ ਜਾਂ ਨਹੀਂ ਕਰਦਾ ਅੰਮ੍ਰਿਤਾ ਨਵੇਂ ਗਾਉਂ ਦੀ ਧਰਤੀ ਦਾ ਲੈ ਵੀ ਅੰਮ੍ਰਿਤ ਪਾ ਵਾਲ ਸਾਹਮਣੇ ਘੰਟਾ ਘਰ ਕਹਿੰਦੀ ਹੈ ਦੁਨੀਆ ਲਓ ਬੱਲੇ 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 ਬਠਿੰਡੇ ਜ਼ਿਲ੍ਹੇ ਦੀ ਤੂੰਬੀ ਜਦੋਂ ਵੱਜਦੀ ਆ ਸਰਤਾਲ ਚ ਵੱਜਦੀ ਆ ਜਦੋਂ ਵੱਜਦੀ ਆ ਸਰਤਾਲ ਚ ਵੱਜਦੀ ਆ ਮੇਰੇ ਵੀਰੋ ਧਨਪੁਰੇ ਦੇ ਸਾਰੇ ਪਲੇਅਰ ਆ ਜੂ ਜੀ ਧਨਪੁਰੇ ਦੇ ਸਾਰੇ ਪਲੇਅਰ ਦਰਬਾਰ ਅੰਮ੍ਰਿਤਾ ਕਹਿੰਦੇ ਨਵੇਂ ਗਾਉਂ ਦੀ ਧਰਤੀ ਦਾ ਬਾਲ ਨੂੰ ਹੋ ਚੁੱਕੇ ਆ ਮਾਨ ਹੈ ਕਹਿੰਦੇ ਕੋਟੜ ਦੀ ਧਰਤੀ ਦਾ ਮੇਰੇ ਵੀਰੋ ਕਿ ਜਦ ਲੋਹੇ ਨੂੰ ਲੋਹਾ ਕੱਟਦਾ ਏ ਕਿ ਭਾਂਬੜ ਮੱਚਦਾ ਅੰਗਿਆਰਿਆਂ ਦਾ ਕਿ ਰਾਜੇ ਖੁੱਲੇ ਹੌਸਲੇ ਦੀ ਜਿੱਤ ਹੁੰਦੀ ਕੋਈ ਨਾਂ ਨਹੀਂ ਲੈਂਦਾ ਫੁਲਕੇ ਲਲਕਾਰਿਆਂ ਦਾ ਕੋਈ ਮੁੱਲ ਨਹੀਂ ਪੈਂਦਾ ਫੁਲਕੇ ਲਲਕਾਰਿਆਂ ਦਾ ਬੱਲੇ 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 ਮਾਨ ਦੀ ਬੈਟਿੰਗ ਵਧੀਆ ਲੱਗਦੀ ਹੈ ਇਹ ਆ ਮਾਨ ਕੋਟੜੇ ਕੌੜੇ ਦੀ ਧਰਤੀ ਦਾ ਬਾਲਰਾਂ ਦੇ ਸਭ ਤੋਂ ਵੱਡਾ ਰੋੜਾ ਕਿ ਨਾਮ ਹੈ ਮਾਨ ਪਿੰਡ ਹੈ ਕੋਟੜਾ ਕੌੜਾ ਇਹ ਆ ਮਾਨ ਕੋਟੜੇ ਕੌੜੇ ਦੀ ਧਰਤੀ ਦਾ ਬੱਲੇ ਬੱਲੇ ਕਰਵਾ ਰਿਹਾ ਐਂ ਤੋਂ ਤੂੰਬੀ ਸੁਰਤਾਲ ਤੂੰਬੀ ਦਾ ਖਿਤਾਬ ਮਿਲਿਆ ਕਹਿੰਦੇ ਆਹ ਪਲੇਅਰ ਨੂੰ ਜਿਵੇਂ ਧਰਮਿੰਦਰ ਨੂੰ ਕਹਿੰਦੇ ਮੇਰੇ ਵੀਰੋ ਗਲੈਡੀਏਟਰ ਕਹਿੰਦੀ ਆ ਦੁਨੀਆ ਬੱਲੇ 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 ਆ ਕਹਿੰਦੇ ਕੈਚ ਨਹੀਂ ਛੱਡਿਆ ਮੈਚ ਛੱਡਿਆ ਮਾਨ ਦਾ ਕੈਚ ਡ੍ਰੌਪ ਹੋਇਆ ਮੇਰੀ ਵੀਡੀਓ ਕਿੰਨੇ ਰਨ ਹੋ ਗਏ ਦੱਸੋ ਜੀ ਦੋ ਰਨਾਂ ਦੀ ਸਮਾਪਤੀ ਦੇ ਰਨ ਦੱਸੋ ਜੀ ਕਿੰਨੇ ਹੋ ਗਏ ਡ੍ਰੌਪ ਹੋਇਆ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਮਾਨ ਹੈ ਕੋਟੜੇ ਦੀ ਧਰਤੀ ਦਾ ਮੌਕਾ ਇੱਕ ਵਾਰ ਦਿੰਦਾ ਹੁਣ ਦੇਖੀ ਕਹਿੰਦੇ ਛੱਕੇ ਐਵੇਂ ਪੈਣੇ ਆ ਜਿਵੇਂ ਨੰਦਾ ਦੇ ਨੋਟ ਪੈਂਦੇ ਹੁੰਦੇ ਆ ਜਿਵੇਂ ਕਹਿੰਦੇ ਮੇਲੇ ਦੇ ਵਿੱਚ ਆਸ਼ਕ ਦੇ ਛੱਤਰ ਪੈਂਦੇ ਹੁੰਦੇ ਆ ਜਿਵੇਂ ਕਹਿੰਦੇ ਮੇਰੇ ਵੀਰੋ ਪੰਜਾਬ ਦੇ ਵਿੱਚ ਜੀਰੀ ਲਾਉਣ ਵੇਲੇ ਭਈਏ ਡਿੱਗਦੇ ਆ ਤੇ ਐਣ ਤੋਂ ਗੱਲਾਂ ਜਿਵੇਂ ਮੇਰੇ ਵੀਰੋ ਧੋਖ ਤੇ ਕਹਿੰਦੇ ਰੁਪਈਏ ਚੜ੍ਹਦੇ ਆ ਐਵੇਂ ਛੱਕੇ ਪੈਣੇ ਆ ਛੱਕੇ ਕਹਿੰਦੇ ਐਵੇਂ ਪੈਣੇ ਆ ਲੈ ਵੀ ਹੋ ਜਾ ਤਕੜਾ ਹੈ ਮੇਰੇ ਵੀਰੋ ਲਓ ਅਗਲੀ ਬਾਲ ਮਾਨ ਰਨ ਚਾਰ ਤਾੜੀ ਤੂੜੀ ਤਾਂ ਮਾਰ ਦੋ ਜੇ ਮਾਨ ਦੀ ਬੈਟਿੰਗ ਵਧੀਆ ਲੱਗਦੀ ਹੈ ਇਹ ਹੈ ਮਾਨ ਕੋਟੜੇ ਕੌੜੇ ਦੀ ਧਰਤੀ ਦਾ ਜਿਹਨੂੰ ਸ਼ਾਨ ਦਾ ਕੁੱਲ ਜਹਾਨ ਹੈ ਕਹਿੰਦੇ ਮਾਨ ਮੇਰੇ ਵੀਰੋ ਬਠਿੰਡੇ ਜ਼ਿਲ੍ਹੇ ਦਾ 1992 ਦੀ ਡੇਟ ਆਫ ਬਰਥ ਹੈ ਮਾਨ ਦੀ ਤੇ 1992 ਚੱਲਦੇ ਸਮੇਂ ਦੇ ਐਨ ਤੋਂ ਕਹਿੰਦੇ ਮੇਰੇ ਵੀਰੋ ਤਕੜੇ ਪਲੇਅਰ ਹੈ ਚੱਲਦੇ ਸਮੇਂ ਦੇ ਐਨ ਤੋਂ ਸਟਾਰ ਪਲੇਅਰ ਹੈ ਲਓ ਅਗਲੀ ਬਾਲ ਖੇਡ ਦੇ ਮੈਦਾਨ ਦੇ ਵਿੱਚ ਕੁਦਨੀ ਵਾਲੇ ਦੀ ਤੈਨੂੰ ਚਾਹ ਦੇ ਨਾਲ ਪਿਸਕੋ ਧਰਤੇ ਬਾਈ ਵਾਹ ਇਹ ਆ ਮਾਨ ਕਿ ਆ ਜਾ ਮਾਸੀ ਦੇ ਪੁੱਤਾਂ ਚਾਹ ਦੇ ਨਾਲ ਪਾਰਲੇ ਜੀ ਬਿਸਕੁਟ ਐਨ ਤੋਂ ਧਰੇ ਆਓ ਮੇਰੇ ਵੀਰੋ ਰਣ ਛੇ ਰਣ ਛੇ ਰਣ ਛੇ ਆਇਆ ਤੋਂ ਕਹਿੰਦੇ ਸਵਾਦ ਸਵਾਦ ਵਜਿਆ ਗਿਆ ਇਹ ਆ ਮਾਨ ਤੋਂ ਚੀਪਾ ਕੁਦਨੀ ਵਾਲਾ ਐਨ ਤੋਂ ਟਰਾਈ ਕਰਦਾ ਫੀਡ ਦੀ ਰਣ ਦੋ ਤੋਂ ਤਿੰਨ
ਇਹ ਤਾਂ ਉਹ ਗੱਲ ਹੋਈ ਜਾਂਦੀ ਆ ਕਿ ਪਾਓ ਕਿਸਮਤ ਦਿਆ ਬਲੀਆ ਰਿੱਝੀ ਖੀਰ ਤੇ ਬਣ ਗਿਆ ਦਲੀਆ ਸੋਨੂੰ ਸਾਈਲੈਂਟ ਆਊਟ ਹੋਇਆ ਮੇਰੀ ਵੀਡੀਓ ਰਨ ਆਊਟ ਕੀ ਹੋ ਗਿਆ ਲਓ ਅਗਲੀ ਵਾਰ ਲਾਸਟ ਵਾਰ ਅੰਪਾਇਰ ਲਾਸਟ ਵਾਰ ਹੈ ਮੈਂ ਵੀ ਮਾਨਾ ਦਸਕਾਂ ਨੇ ਕਿਹਨੇ ਕਿਹਨੇ ਛੱਕਾਂ ਰੱਖਣਾ ਲਾਸਟ ਵਾਰ ਤੇ ਤਾੜੀ ਮਾਰ ਦਿਓ ਮੇਰੇ ਵੀਰਿਓ ਲਓ ਬਾਲ ਬਾਲ ਦੱਸੋ ਜੀ ਅੰਪਾਇਰ ਡਾਊਟ ਹੈ ਸਿਰੇ ਦੀ ਬਾਲ ਕੀਤੀ ਆ ਉਹ ਮੇਰੇ ਵੀਰੋ ਕੁਦਨੀ ਵਾਲੇ ਨੇ ਦੱਸੀ ਵੀਰ ਮੇਰਾ ਕਿੰਨੇ ਦਾ ਟਾਰਗੇਟ ਹੈ ਕਿੰਨੇ ਦਾ ਟਾਰਗੇਟ ਹੈ ਜੀ ਸਾਢੇ ਪੰਜ ਛੱਕਿਆਂ ਦਾ ਟਾਰਗੇਟ ਹੈ ਮੇਰੇ ਵੀਰੋ 18 ਬਾਲਾਂ ਦੇ ਵਿੱਚ 33 ਰਨ ਦਾ ਟਾਰਗੇਟ ਹੈ ਮੈਂ ਵੀ ਲਾ ਲਓ ਕਿਹਾ ਹੁਣ ਜਲਦੀ ਰਾਮਪੁਰਾ ਪਿੰਡ ਦੀ ਟੀਮ ਫੀਲਡਿੰਗ ਸੈੱਟ ਕਰੇ ਲਾਸਟ ਮੈਚ ਹੈ ਕਵਾਟਰ ਦਾ ਇਸ ਤੋਂ ਬਾਅਦ ਮੈਚ ਕਹਿੰਦੇ ਮੇਰੇ ਵੀਰੋ ਜਿਹੜਾ ਹੋਰਲੇ ਦਾ ਖੇਡਿਆ ਜਾਣਾ ਹੈ ਮੈਨੇਜਮੈਂਟ ਦੀ ਟੀਮ ਦੇ ਨਾਲ ਇੱਕ ਪਾਸੇ ਜੱਗੇ ਨੇ ਹੋਣਾ ਹੋਰਲੇ ਵਾਲੇ ਨੇ ਤੇ ਦੂਜੇ ਪਾਸੇ ਹੀਰੇ ਵਰਗੇ ਸਾਹਮਣੇ ਸਵਾਦ ਵਧਣਾ ਤੇ ਜਿਹੜੇ ਜਿਹੜੇ ਕਹਿੰਦੇ ਆ ਮੈਚ ਤਕੜਾ ਲੱਗੂ ਅਗਲਾ ਤਾੜੀ ਮਾਰ ਦੋ ਮੇਰੇ ਵੀਰੋ ਐਂਡ ਤੇ ਸਵਾਦ ਵਧਣਾ ਅਗਲੇ ਮੈਚ ਦੇ ਵਿੱਚ ਇੱਕ ਪਾਸੇ ਜੱਗਾ ਕਹਿੰਦੇ ਮੇਰੇ ਵੀਰੋ ਵਿਰੋਧੀ ਬਣ ਕੇ ਖੇਡੇਗਾ ਆਪਣੀ ਟੀਮ ਦੇ ਲਈ ਐਂਡ ਤੋਂ ਕਹਿੰਦੇ ਵਿਰੋਧੀ ਬਣ ਕੇ ਖੇਡੇਗਾ ਦੂਜੀ ਟੀਮ ਦੇ ਵਿੱਚ ਮੇਰੇ ਵੀਰੋ 33 ਦਾ ਟਾਰਗੇਟ ਹੈ ਤੇ ਬਾਲਾ 18 ਨੇ ਮੇਰੇ ਵੀਰੋ ਕੋਈ ਛੱਡ ਵਰੇ ਸਹੀ ਹੈ ਜੀ ਦੇ ਵੀਰੋ ਲਾਈਵ ਤਾਂ ਬੜਾ ਸਿਰਾ ਚੱਲੀ ਹੈ ਕਿੰਨੀਆਂ ਬਾਲਾਂ ਨੇ 12 ਖੜਨ ਲੱਗ ਜਾਂਦੀ ਅਗਲੇ ਕੋਲੇ ਵੀਡੀਓ ਦਿੱਕਤ ਆ ਹੈ ਅੱਛਾ 4 ਬਾਲਾਂ ਦਾ ਓਵਰ ਹੈ ਬਸ ਹੋ ਠੀਕ ਹੈ ਜੀ ਸੌਰੀ ਵੀਰੇ 4-4 ਓਵਰਾਂ ਦਾ ਓਵਰ ਹੈ 4-4 ਬਾਲਾਂ ਦੇ ਜਿਹੜੇ ਓਵਰ ਹੈ ਗਰਮੀ ਬੜੀ ਹੈ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਫਿਰ ਵੀ ਦੁਖੀ ਜਾਂਦਾ ਥੋੜਾ ਜਿਹਾ ਉਹ 12 ਬਾਲਾਂ ਨੇ ਮੇਰੇ ਵੀਡੀਓ 12 ਬਾਲਾਂ ਨੇ ਤੇ ਐਂਡ ਤੋਂ ਕਹਿੰਦੇ ਅੱਜ ਧਰਮਪੁਰੇ ਦਾ ਕਾਪਾ ਮੇਰੇ ਵੀਰੋ ਐਂਡ ਤੋਂ ਰੌਣਕਾਂ ਜਿਹੜੀਆਂ ਵੱਡੀਆਂ ਲੱਗੀਆਂ ਤੇ 12 ਬਾਲਾਂ ਦੇ ਵਿੱਚ ਕਹਿੰਦੇ ਮੇਰੇ ਵੀਰੋ 5.5 ਛੱਕੇ ਮਾਰਨੇ ਆ 5.5 ਛੱਕੇ ਮਾਰਨੇ ਆ ਕਹਿੰਦੇ ਮੇਰੇ ਵੀਰੋ ਤੇ ਐਂਡ ਤੋਂ ਕਹਿੰਦੇ ਬਾਲ ਦੇਖਦੇ ਆ ਕਿਹੜੇ ਪਲੇਅਰ ਨੇ ਕਰਨੀ ਆ ਤੁਰ ਆ ਗਿਆ ਕਹਿੰਦੇ ਦੀਪਾ ਕੁਦਨੀ ਵਾਲਾ ਤੇ ਨਾਲ ਆ ਗਿਆ ਕਹਿੰਦੇ ਅੰਮ੍ਰਿਤ ਨਵੇਂ ਗਾਉਂ ਦੀ ਧਰਤੀ ਦਾ ਮੇਰੇ ਵੀਰੋ ਤੇ ਐਂਡ ਤੋਂ ਕਹਿੰਦੇ ਐਂਡ ਤੋਂ ਚਾਰੇ ਪਾਸੇ ਧਿਆਨ ਰੱਖਣਾ ਪੈਂਦਾ ਤੇ ਐਂਡ ਤੋਂ ਕਹਿੰਦੇ ਗੱਲਾਂ ਜਿਹੜੀਆਂ ਟਿਕਾਣੇ ਲੱਗਦੇ ਆ ਤੇ ਲਓ ਜੀ ਬਾਲ ਕਹਿੰਦੇ ਮਾਣ ਨੇ ਕਰਨੀ ਆ ਮੇਰੇ ਵੀਰੋ ਕੋਟੜੇ ਕੌੜੇ ਦੀ ਧਰਤੀ ਦਾ ਮਾਣ ਹੈ ਅੱਜ ਕਹਿੰਦੇ ਸਵਾਦ ਵਜਿਆ ਧਰਮਪੁਰੇ ਦੇ ਕੱਪ ਦੇ ਮਾਣ ਸਜਦਾ ਕੀ ਚਾਹੀਦਾ ਪਾਣੀ ਚਾਹੀਦਾ ਪਾਣੀ ਦੇ ਦਿਓ ਜੀ ਗਰਾਉਂਡ ਦੇ ਵਿੱਚ ਪਾਣੀ ਪੂਣੀ ਪਜਾਦਾ ਕਰੋ ਅੰਪਾਇਰਾਂ ਨੂੰ ਬਈ ਮੈਚ ਵੀ ਇਦੋਂ ਬਾਅਦ ਸੈਮੀ ਨੇ ਕਦੇ ਕਿਸੇ ਦਾ ਬਿਨ ਮਤਲਬ ਤੋਂ ਬਾਂਦਰ ਲੈਣਾ ਹੋ ਜੇ ਅੰਪਾਇਰਾਂ ਨੂੰ ਪਾਣੀ ਪੂਣੀ ਪਜਾ ਦਿਓ ਬਈ ਨਾ ਜਲਦੀ ਮੈਚ ਸ਼ੁਰੂ ਕਰਵਾ ਦਿਓ ਜਲਦੀ ਦੇ ਨਾਲ ਜਸ਼ਨ ਦਾ ਬਈ ਜਸ਼ਨ ਦਾ ਜਲਦੀ ਥੋੜਾ ਜਾ ਟਾਰਗੇਟ ਕਿੰਨੇ ਦਾ ਜਾਣੇ 32 ਦੀਪਾ ਕਹਿੰਦੇ ਕੁਦਨੀ ਦੀ ਧਰਤੀ ਦਾ ਮੇਰੇ ਵੀਰੋ ਖੇਡਦੇ ਮੈਦਾਨ ਦੇ ਵਿੱਚ 22 ਗਜ ਦੀ ਪਿੱਚ ਤੇ 2.5 ਫੁੱਟ ਦਾ ਬੱਲਾ ਚੁੱਕੀ ਖੜਾ ਇਹ ਆ ਦੀਪਾ ਕਹਿੰਦੇ ਕੁਦਨੀ ਦੀ ਧਰਤੀ ਦਾ ਮੇਰੇ ਵੀਰੋ ਖੇਡਦੇ ਮੈਦਾਨ ਦੇ ਵਿੱਚ ਤੇ ਐਂਡ ਤੋਂ ਸਵਾਦ ਵਜਾ ਪਿਆ ਮੈਚ ਦੇ ਵਿੱਚ ਕਹਿੰਦੇ ਲਓ ਆ ਦੀਪਾ ਬੱਲੇ 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 ਰਨ ਰਨ 6 ਇਹ ਆ ਦੀਪਾ ਕਿ 21 ਪੌਣ ਸ਼ਰੀਕ ਦਾ 31 ਪੌਣੀ ਪੈਂਦੀ ਆ ਜੇ ਕੋਈ ਖੰਘੇ ਖੰਘ ਪਨੌਟੀ ਖੰਘ ਹਟਾਉਣੀ ਪੈਂਦੀ ਆ ਜੇ ਕੋਈ ਪੀਤੀ ਕਰੇ ਖਰਾਬ ਤਾਂ ਪੀਤੀ ਲੋੜੀ ਵੀ ਪੈਂਦੀ ਆ ਲੋੜੀ ਵੀ ਪੈਂਦੀ ਆ ਇਹ ਆ ਦੀਪਾ ਕੁਦਨੀ ਵਾਲਾ ਐਂਡ ਤੋਂ ਇੱਕ ਦਾ ਜਵਾਬ ਪੱਥਰ ਦੇ ਨਾਲ ਦਿੱਤਾ ਰਨ 6 ਰਨ 6 ਜੋੜਵਾ ਖੇਡਦੇ ਮੈਦਾਨ ਦੇ ਅੰਦਰ ਲੈ ਵੀ ਸੋਨੂੰ ਸਾਈਲੈਂਟ ਹੋ ਜਾ ਤਕੜਾ ਹੋ ਜਾ ਤਕੜਾ ਇੱਕ ਛੱਕਾ ਕਹਿੰਦਾ ਤੈਨੂੰ ਹੋਰ ਮਾਰਨਾ ਆ ਬਾਲ ਦੇ ਪਰ ਵਿਕਟ ਪੱਟਣੀ ਪੈਣੀ ਆ ਸਵਾਦ ਵਜਣਾ ਲਓ ਇਹ ਆ ਸੋਨੂੰ ਸਾਈਲੈਂਟ ਮੇਰੇ ਵੀਰੋ ਖੇਡਦੇ ਮੈਦਾਨ ਦੇ ਵਿੱਚ ਸਿਰੇ ਦੀ ਬਾਲ ਤੇ ਗੱਲਾਂ ਕਹਿੰਦੇ ਸੋਨੂੰ ਮੇਰੇ ਵੀਰੋ ਪੰਪ ਦੀਆਂ ਹੁੰਦੀਆਂ ਤੇ ਐਂਡ ਤੋਂ ਕਹਿੰਦੇ ਗੱਲਾਂ ਮੇਰੇ ਵੀਰੋ ਸੋਨੂੰ ਐਂਡ ਤੋਂ ਗੱਲਾਂ ਜਿਹੜੀਆਂ ਰਾਮਪੁਰੇ ਵਾਲਾ ਟਿਕਾਣੇ ਲਾ ਰਹੇ
पानी दे दो जी ग्राउंड के खिलाड़ियों ने भी पानी पीना है, पानी पूजा कर दो ग्राउंड के पानी पूरी पिला दिया करो फिर ग्राउंड के पानी पूजा कर दो। लो सोनू ने बाल कर दी है कहते मेरे वीर साइलेंट कहती है दुनिया इस मुंडे को एंड तो तेज रफ्तार का बोल रहा मेरे वीर खेड़ मैदान के लो ए सोनू पर बाल जी वाइड अंपायरां का फैसला बाल जी वाइड हो चुकी है खेड़ मैदान के अंदर एर तो सिरे का मैच खेडा जा रहा है कि बच बच भी चंदड़िया जत्तां तो कि चकदे आ मोटिया पट्टा तो कि लड़ते ने खाला पट्टा तो कि बड़े पतंदर भैड़े ने रतां नूं धुप्पां सेकदे ने ਤੇਰੇ ਦਿਖਾਉਂਦੇ ਤਾਰੇ ਨੇ ਰੱਬਾਂ ਨੂੰ ਧੁੱਪਾਂ ਸੇਕਦੇ ਨੇ ਤੇ ਦਿਨੇ ਦਿਖਾਉਂਦੇ ਤਾਰੇ ਨੇ। ਹਦਰਪਾਲ ਕਹਿੰਦੇ ਐਂਡ ਤੋਂ ਓਵਰ ਦੀ ਸਮਾਪਤੀ ਦੇ ਰਨ ਦੱਸੋ ਜੀ ਅੱਠ ਰਨ ਹੋ ਗਏ ਜੀ। ਪਾਣੀ ਦੇ ਦਿਓ ਭਾਈ ਗਰਾਊਂਡ ਦੇ ਵਿੱਚ ਯਾਰ ਆ ਰਿਹਾ ਮਾਲ ਪਾਣੀ ਆ ਰਿਹਾ ਪਾਣੀ ਦੇ ਦਿਓ ਗਰਾਊਂਡ ਦੇ ਵਿੱਚ ਜਲਦੀ ਤੋਂ ਪਹਿਲਾਂ ਕਿਉਂਕਿ ਗਰਮੀ ਬੜੀ ਆ ਤੇ ਪਿਆਸ ਲੱਗੀ ਹੈ ਕਹਿੰਦੇ ਖਿਡਾਰੀ ਵੀਰਾਂ ਨੂੰ ਕਿ ਪਾਣੀ ਤੋਂ ਬਿਨਾਂ ਕਹਿੰਦੇ ਮੇਰੇ ਵੀਰੋ ਕੁਝ ਨਹੀਂ ਬਣਦਾ ਪਾਣੀ ਤੋਂ ਬਿਨਾਂ ਬੰਦਾ ਜਿਹੜਾ ਇਨਸਾਨ ਜਿਉਂਦਾ ਨਹੀਂ ਰਹਿ ਸਕਦਾ ਤੇ ਐਂ ਤਾਂ ਜਿਵੇਂ ਮੱਛੀ ਕਹਿੰਦੇ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ ਇਨਸਾਨ ਵੀ ਜਿਹੜਾ ਨਹੀਂ ਰਹਿ ਸਕਦਾ ਜਲਦੀ ਦੇ ਨਾਲ ਪਾਣੀ ਜਿਹੜਾ ਪੁੱਜਦਾ ਕਰ ਦਿਓ ਪਾਣੀ ਜਿਹੜਾ ਪੁੱਜਦਾ ਕਰ ਦਿਓ ਗਰਾਊਂਡ ਦੇ ਵਿੱਚ। ਲਓ ਜੀ ਪਾਲ ਕਹਿੰਦੇ ਮਾਣ ਨੇ ਕਰਨੀ ਹੈ ਪਿੰਡ ਕੋਟੜਾ ਕੌੜਾ ਤੇ ਜ਼ਿਲ੍ਹਾ ਬਠਿੰਡਾ ਸੁਖਬਰੂ ਦਾ ਮੇਰੇ ਵੀਰਿਓ ਐਂ ਤੋਂ ਦੁਨੀਆ ਘੰਟਾ ਕਰ ਕਹਿੰਦੀ ਹੈ ਇਸ ਮੁੰਡੇ ਨੂੰ ਦੁਨੀਆ ਕਹਿੰਦੇ ਮੇਰੇ ਵੀਰੋ ਗੋਲੀਆਂ ਵੀ ਮਨਾਂ ਚਿਹਤਾ ਵੀ ਕਹਿੰਦੀ ਆ ਤੇ ਐਨ ਤੋਂ ਗੱਲਾਂ ਕਹਿੰਦੇ ਟਿਕਾਣੇ ਲਾਉਂਦਾ ਮੇਰੇ ਵੀਰ ਪਾਸਰ ਵੀ ਜਿੱਤਿਆ ਠੀਕਰੀ ਵਾਲ ਦੇ ਕੱਪ ਤੋਂ ਤੇ ਠੀਕਰੀ ਵਾਲ ਪਿੰਡ ਕਹਿੰਦੇ ਬਰਨਾਲੇ ਤੋਂ 7 ਕਿਲੋਮੀਟਰ ਦੀ ਦੂਰੀ ਤੇ ਆ ਮੇਰੇ ਵੀਰਿਓ ਕਿ ਤੇਰਾ ਪਾਸਰ ਤੇ ਮੇਰਾ ਨਾਂ ਲਿਖਿਆ ਜਰਿਆ ਨਹੀਂ ਜਾਂਦਾ ਲੋਕਾਂ ਤੋਂ ਮੁੰਡੇ ਨੇ ਪਾਸਰ ਵੀ ਜਿੱਤਿਆ 10 ਕਹਿੰਦੇ ਫਰਿੱਜਾਂ ਵੀ ਜਿੱਤੀਆਂ ਨੇ ਵਾਸ਼ਿੰਗ ਮਸ਼ੀਨਾਂ ਦੀ ਤਾਂ ਏਜੰਸੀ ਕਹਿੰਦੀ ਹੈ ਦੁਨੀਆ ਲੈ ਪਹਿਲੀ ਵਾਲ ਹੈ। ਇੱਧਰ ਦੀਪਾ ਕਹਿੰਦੇ ਕੁਦਨੀ ਵਾਲਾ ਰਾਣੀ ਕਹਿੰਦੇ ਦੇਖਦੇ ਆ ਸਿੰਗਲ ਉੱਧਰ ਕਹਿੰਦੇ ਐਨ ਤੋਂ ਮੁੰਡੇ ਨੇ ਕਹਿੰਦੇ ਟਰਾਈ ਮੇਰੇ ਵੀਰੋ ਐਨ ਤੋਂ ਫਿਲ ਕਹਿੰਦੇ ਸਿਰੇ ਦੀ ਕੀਤੀ ਆ ਫਿਲ ਜਿਹੜੀ ਸਿਰੇ ਦੀ ਕੀਤੀ ਆ ਰਣ ਦੋ ਬਣ ਚੁੱਕੇ ਆ ਦਰਸ਼ਕ ਵੀਰੋ। ਲਓ ਬਾਲ ਨੇ ਬਾਲ ਕਰ ਰਹੀ ਹੈ ਦਰਸ਼ਕ ਵੀਰੋ ਖੇਡ ਦੇ ਮੈਦਾਨ ਦੇ ਅੰਦਰ ਆ ਗਏ ਨੇ ਦੀਪਾ ਕੁਦਨੀ ਬਾਲਾ ਇੱਧਰ ਦੇਖਦੇ ਆ ਖੇਡ ਦੇ ਮੈਦਾਨ ਦੇ ਵਿੱਚ ਫਿਲਡਰ ਜਿਹੜਾ ਖੜਾ ਹੀ ਰਹਿ ਗਿਆ ਉੱਪਰ ਦੀ ਬਾਲ ਜਿਹੜੀ ਐਨ ਤੋਂ ਮੇਰੇ ਵੀਰੋ ਲੰਘ ਚੁੱਕੇ ਆ ਤੇ ਰਨ ਕਹਿੰਦੇ ਦੋ ਫਿਰ ਆਸਾਨੀ ਦੇ ਨਾਲ ਹੋ ਚੁੱਕੇ ਆ ਤੇ ਅਗਲੀ ਬਾਲ ਕਹਿੰਦੇ ਮਾਨ ਨੇ ਕਰਨੀ ਆ ਲੈ ਵੀ ਦੀਪਿਆ ਦੁਨੀਆ ਮਰਦੀ ਨੀ ਦੁਨੀਆ ਮਨਾਉਣੀ ਪੈਂਦੀ ਆ ਲਾ ਕੇ ਕਹਿਰ ਦੇ ਛੱਕੇ ਅੱਤ ਕਰਾਉਣੀ ਪੈਣੀ ਆ ਲਾ ਕੇ ਕਹਿਰ ਦੇ ਛੱਕੇ ਅੱਤ ਕਰਾਉਣੀ ਪੈਣੀ ਆ। ਦੀਪਾ ਕੁਦਨੀ ਪਿੰਡ ਆ ਸੰਗਰੂਰ ਜ਼ਿਲ੍ਹੇ ਦਾ ਲਾਸਟ ਪਿੰਡ ਆ ਕੁਦਨੀ ਕਹਿੰਦੇ ਮੇਰੇ ਵੀਰਿਓ ਐਨ ਤੋਂ ਲਓ ਅਗਲੀ ਬਾਲ ਆ ਦੇਖਦੇ ਖੇਡ ਦੇ ਮੈਦਾਨ ਦੇ ਅੰਦਰ ਸਿਰੇ ਦੀ ਬਾਲ ਐਨ ਤੋਂ ਟਿਕਾਣੇ ਦੀ ਬਾਲ ਮਾਨ ਕੋਟੜੇ ਦੀ ਧਰਤੀ ਦਾ ਪੰਜਾਬ ਤੇ ਹਰਿਆਣੇ ਦੇ ਕੱਪਾਂ ਤੇ ਖੇਡਦਾ ਐਨ ਤੋਂ ਬੱਲੇ ਬੱਲੇ ਕਰਵਾਉਂਦਾ ਐਨ ਤੋਂ ਟੌਪ ਦੇ ਕੱਪਾਂ ਤੇ ਖੇਡਦਾ ਉਹ ਮੇਰੇ ਵੀਰੋ ਮਾਨ ਕਹਿੰਦੀ ਬੱਲੇ ਬੱਲੇ ਕਰਵਾਉਂਦਾ ਸੱਤੂ ਨੂੰ ਦੁਨੀਆ ਜਾਣਦੀ ਹੈ ਕੋਟੜੇ ਕੌੜੇ ਵਾਲੇ ਨੂੰ ਨੰਬਰਦਾਰ ਦੀਆਂ ਗੱਲਾਂ ਵੱਖਰੀਆਂ ਤੇ ਸ਼ਿੰਦੀ ਵਰਗੇ ਐਨ ਤੋਂ ਮੇਰੇ ਵੀਰੋ ਤਕੜੇ ਪਲੇਅਰ ਮੰਨੇ ਜਾਂਦੇ ਆ ਕੋਟੜੇ ਕੌੜੇ ਦੀ ਧਰਤੀ ਦੇ ਤਕੜੇ ਪਲੇਅਰ ਮੰਨੇ ਜਾਂਦੇ ਆ। ਕੀ ਆ ਬਾਲ ਦੱਸੋ ਵੀ ਜਸ਼ਨ ਆ ਵਟਸਐਪ ਨੰਬਰ ਦੱਸੀ ਜਲਦੀ ਆ ਵਟਸਐਪ ਨੰਬਰ ਦੱਸੀ ਦੱਸੋ ਜੀ ਕੀ ਫਸਲਾ ਸਹੀ ਬਾਲ ਹੈ 7965 ਬਾਲ ਸਹੀ ਆ ਬਾਲ ਜਿਹੜੀ ਸਹੀ ਆ ਲਓ ਮਾਨ ਨੇ ਬਾਲ ਕਰਨੀ ਹੈ ਮੇਰੇ ਵੀਰੋ ਕੋਟੜੇ ਦੀ ਧਰਤੀ ਦਾ ਇਹ ਆ ਮਾਨ ਕਹਿੰਦੇ ਅਗਲੇ ਸਾਰੇ ਟੂਰਨਾਮੈਂਟ ਤੇ ਕਹਿੰਦੇ ਜਾਦੂ ਸਰਪੰਚ ਵੀ ਦੱਸਦੇ ਆ ਕਿ ਕਮੇਟੀ ਵੱਲੋਂ ਪੱਟੇ ਸਨਮਾਨ ਹੋਣੇ ਇਸ ਪਲੇਅਰ ਦੇ ਚੇਤਕ ਸਕੂਟਰ ਦੇ ਨਾਲ ਪੱਟੇ ਸਨਮਾਨ ਹੋਣੇ ਆ ਲਓ ਬਾਲ ਮਾਨ ਦੀ ਦੇ ਸਾਹਮਣੇ ਕਹਿੰਦੇ ਅੰਮ੍ਰਿਤ ਆ ਇਹ ਆ ਅੰਮ੍ਰਿਤ ਨਵੇਂ ਗਾਉ ਵਾਲਾ ਬੱਲੇ 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 ਰਣ ਦੱਸੀ ਵੀਰ ਮੇਰੇ ਆ ਕਿੰਨੇ ਰਹਿ ਗਏ 70 78 71 70 78 71 ਸ਼ੁਰੂ ਤੋਂ ਕਿੰਨੇ 70 78 ਅੱਛਾ ਕਿੰਨੇ ਰਹਿ ਗਏ 56 14 ਰਹਿ ਗਏ ਜੀ 58 56 33 ਬਣਾਉਣੇ 14 ਬਾਕੀ ਆ 4 ਬਾਲਾਂ ਦੇ ਵਿੱਚ ਦੱਸ ਵੀਰ ਲਓ ਬਾਲ ਕਹਿੰਦੇ ਗੱਗੀ ਨੇ ਕਰਨੀ ਆ ਰਾਮਪੁਰੇ ਦੀ ਧਰਤੀ ਦਾ ਮੇਰੇ ਵੀਰ ਖੇਡ ਦੇ ਮੈਦਾਨ ਦੇ ਅੰਦਰ ਆ ਸਿਰੇ ਦਾ ਮੈਚ ਆ ਇੱਕੋ ਜਿਹੀਆਂ ਟੀਮਾਂ ਨੇ ਕਿ ਇੱਕੋ ਜਿਹਾ ਰੰਗ ਹੋ ਜੇ ਮੁਰਗੇ ਰੁਪਈਆਂ ਦਾ
ਕਿ ਲੈਣ ਦੇਣ ਹੋ ਜੇ ਸਾਡਾ ਪਾਪੀਆਂ ਤੇ ਕਈਆਂ ਦਾ ਕਿ ਮੀਆਂ ਵਾਲੀ ਮੰਡੀ ਵਿੱਚੋਂ ਬੈਠ ਕੇ ਨਗੋਰ ਦਾ ਕਰੀ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ ਅੱਜ ਕਹਿੰਦੇ ਐਣ ਤੋਂ ਗੱਲਾਂ ਮੇਰੇ ਵੀਰੋ ਮੇਲ ਕਿਹੜੇ ਹੋਏ ਆ ਪੰਜਾਬ ਤੇ ਹਰਿਆਣੇ ਦੀਆਂ ਟੀਮਾਂ ਦੇ ਐਣ ਤੋਂ ਮੇਲ ਕਹਿੰਦੇ ਮੇਰੇ ਵੀਰੋ ਧਰਮਪੁਰ ਦੇ ਕੱਪਦੇ ਹੋਏ ਆ ਹਰਿਆਣੇ ਦੀਆਂ ਟੀਮਾਂ ਵੀ ਕਹਿੰਦੇ ਕਾਫੀ ਖੇਡੀਆਂ ਇਸ ਟੂਰਨਾਮੈਂਟ ਦੇ ਪਰ ਪੰਜਾਬ ਦੀਆਂ ਟੀਮਾਂ ਖੇਡ ਰਹੀਆਂ ਕਹਿੰਦੇ ਸਾਹਮਣੇ ਆਹੋ ਸਾਹਮਣੇ ਐਣ ਤੋਂ ਮੇਹਣੇ ਮੂਹਣ ਐਣ ਤੇ ਕਹਿੰਦੇ ਮੇਰੇ ਵੀਰੋ ਜਬਾਨੀ ਕਹਿੰਦੇ ਮੇਹਣੇ ਮੂਹਣ ਹੋ ਰਹੀ ਆ ਖੇਡਦੇ ਮੈਦਾਨ ਦੇ ਵਿੱਚ ਆ ਉਹ ਟੂ ਟੂ ਕਰਦੀ ਜਬਾਨੀ ਆ ਤੇ ਐਣ ਤੋਂ ਅਗਲੀ ਬਾਲ ਕਗੀ ਰਾਮਪੁਰ ਧਰਤੀ ਦਾ ਚਾਰ ਵਾਲਾ ਦਰਨ 14 ਵਾਗੀਆਂ ਸਾਹਮਣੇ ਕੁਦਨੀ ਦੀ ਧਰਤੀ ਦਾ ਲਓ ਪਹਿਲੀ ਵਾਰ ਹੈ ਦਸਕਵੀਰ ਖੇਡਦੇ ਮੈਦਾਨ ਦੇ ਅੰਦਰ ਲਓ ਸਿਰੇ ਦੀ ਬਾਲ ਖੇਡਦੇ ਮੈਦਾਨ ਦੇ ਵਿੱਚ ਦਰਸ਼ਕਵੀਰ ਰਨ ਕਹਿੰਦੇ ਸਿੰਗਲ ਬਣ ਚੁੱਕੇ ਆ ਰਹਿ ਗਏ ਕਹਿੰਦੇ 13 ਬਾਲਾਂ ਰਹਿ ਗਈਆਂ 3 ਤੇ ਐਣ ਤੋਂ ਸਵਾਦ ਬਚ ਗਿਆ ਮੇਰੇ ਵੀਰੋ ਤੇ ਤੰਦੂਰ ਦੇ ਵਿੱਚ ਪਹਿਲਾਂ ਫਸ ਗਿਆ ਕਹਿੰਦੇ ਤੰਦੂਰ ਦੇ ਵਿੱਚ ਪਹਿਲਾਂ ਜਿਹੜਾ ਐਣ ਤੋਂ ਫਸ ਗਿਆ ਜਿਵੇਂ ਕਹਿ ਵੀ ਇਹ ਚਮਾਨੀ ਭੂਕਣੇ ਦੇ ਵਿੱਚ ਦਸਾਂ ਦਾ ਠੋਨੂ ਐਣ ਤੋਂ ਰੁੱਖ ਧਾਰਨ ਕਰਕੇ ਅੜ ਗਈ ਮੇਰੇ ਵੀਰਿਓ ਲਓ ਉੱਧਰ ਦੇਖਦਾ ਗੱਗੀ ਨੇ ਕੱਢਣਾ ਜਾਂ ਸਾਹਮਣੇ ਕਹਿੰਦੇ ਅੰਮ੍ਰਿਤਾ ਹੈ ਲੈ ਵੀ ਅੰਮ੍ਰਿਤ ਆਹ ਵਾਰ ਤੇ ਛੱਕਾ ਲਾਜ਼ਮੀ ਹੈ ਤੇਰਾ ਆਹ ਵਾਰ ਤੇ ਛੱਕਾ ਮਾਰਨਾ ਲਾਜ਼ਮੀ ਹੈ ਲਓ ਵਾਈਡ ਵਾਲ ਰਹਿ ਗਏ 12 ਰਹਿ ਗਏ 12 ਛੱਕੇ ਤੋਂ ਬਾਲਾਂ 3 ਛੱਕੇ ਤੋਂ ਬਾਲਾਂ 3 ਛੱਕੇ 2 ਮੇਰੇ ਵੀਰੋ ਅਗਲਾ ਮੈਚ ਲਖੂ ਟਿਕਾਣੇ ਦਾ ਇੱਕ ਪਾਸੇ ਹੋਰਲੇ ਵਾਲੇ ਹੋਣਗੇ ਹੀਰੇ ਵਰਗੇ ਜੋਤ ਵਰਗੇ ਅੰਬਰ ਖੇਡ ਦਾ ਜਾਣ ਵਾਲੇ ਦੀ ਧਰਤੀ ਦਾ ਜ਼ਿਲ੍ਹਾ ਫਰੀਦਕੋਟੀਆ ਤੇ ਦੂਜੇ ਪਾਸੇ ਕਹਿੰਦੇ ਚੱਕਾ ਹੋਰਲੇ ਵਾਲਾ ਐਨ ਤੋਂ ਕਹਿੰਦੇ ਸਵਾਦ ਵੱਜਣਾ ਸਵਾਦ ਵੱਜਣਾ ਜਦੋਂ ਅੰਬਰ ਨੂੰ ਛੱਕੇ ਮਾਰੇ ਜੱਗੇ ਨੇ ਤਾਂ ਤਾੜੀਆਂ ਪੈਣਗੀਆਂ ਜਦੋਂ ਐਨ ਤੋਂ ਕਹਿੰਦੇ ਮੇਰੇ ਵੀਰੋ ਤੇ ਗੱਲਾਂ ਅੰਬਰ ਨੇ ਟਿਕਾਣੇ ਲਾਈਆਂ ਜੱਗੇ ਨੂੰ ਛੱਕੇ ਮਾਰੇ ਤਾਂ ਵੀ ਤਾੜੀਆਂ ਵੱਜਣਗੀਆਂ ਅਗਲੀ ਵਾਰ ਆ ਕਹਿੰਦੇ ਅੰਮ੍ਰਿਤ 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 ਰਨ ਚਾਰ ਖੇਡ ਦੇ ਮੈਦਾਨ ਦੇ ਅੰਦਰ ਜੁੜ ਚੁੱਕੇ ਆ ਦੋ ਬਾਲਾਂ ਰਨ 8 ਬਾਕੀ ਰਹਿ ਗਏ ਦਰਸ਼ਕ ਇੱਕ ਬਾਲ ਦੌੜ ਲਾ ਗਈ ਤਾਂ ਮੈਚ ਕਹਿੰਦੇ ਮੇਰੇ ਵੀਰਿਓ ਰਾਮਪੁਰਾ ਪਿੰਡ ਜਿੱਤ ਜਾਏਗੀ ਜੇ ਆਹ ਵਾਰ ਤੇ ਛੱਕਾ ਆ ਗਿਆ ਤਾਂ ਮੈਚ ਦੇ ਵਿੱਚ ਕੁਝ ਵੀ ਹੋ ਸਕਦਾ ਮੈਚ ਦੇ ਵਿੱਚ ਕੁਝ ਵੀ ਹੋ ਸਕਦਾ ਲੈ ਵੀ ਗੱਗੀ ਰਾਮਪੁਰੇ ਵਾਲਾ ਤਕੜਾ ਹੋਗਾ ਉੱਧਰ ਪਲੈਕੀ ਪੁੱਛੋ ਵਾਲਾ ਨਾਗ ਕਹਿੰਦੇ ਐਨ ਦੋ ਮੇਰੇ ਵੀਰਿਓ ਕੰਨ ਦੇ ਵਿੱਚ ਘੁਸਰ ਮੁਸਰ ਕਰਦਾ ਕਿ ਗੱਗੀ ਰਾਮਪੁਰੇ ਵਾਲਿਆ ਬਾਲ ਇੱਥੇ ਕਰਾਈ ਲਓ ਕਹਿੰਦੇ ਦੇਖਦੇ ਆ ਸਾਹਮਣੇ ਅੰਮ੍ਰਿਤਾ ਨਵੇਂ ਗਾਉਂ ਦੀ ਧਰਤੀ ਦਾ ਲੈ ਵੀ ਨੌਜਵਾਨਾਂ ਨਾਮ ਤੇਰਾ ਵੀ ਪੂਰਾ ਗੂੰਜਦਾ ਪੰਜਾਬ ਤੇ ਹਰਿਆਣੇ ਦੇ ਕੱਪਾਂ ਤੇ ਜੇ ਅੱਜ ਆਹ ਵਾਰ ਤੇ ਛੱਕਾ ਮਾਰਦੇ ਤਾਂ ਸਵਾਦ ਤਾਂ ਦਰਸ਼ਕ ਵੀਰ ਤਾੜੀਆਂ ਐਨ ਤੋਂ ਮਾਰਨਗੇ ਉਹ ਮੇਰੇ ਵੀਰੋ ਦਰਸ਼ਕ ਵੀਰ ਕਹਿੰਦੇ ਐਨ ਤੋਂ ਤਾੜੀਆਂ ਮਾਰਨਗੇ ਲਓ ਦੋ ਬਾਲਾਂ ਰਨ 8 ਹੈ ਦੋ ਚੌਕੇ ਜਾਂ ਇੱਕ ਛੱਕਾ ਇੱਕ ਵਾਰ ਤਾੜੀ ਮਾਰ ਦੋ ਅੰਮ੍ਰਿਤ ਦੇ ਨਾਮ ਤੇ ਰਹਿ ਗਏ ਦੋ ਲਾਸਟ ਬਾਲ ਰਹਿ ਗਏ ਦੋ ਮੇਰੇ ਵੀਰੋ ਆ ਛੱਕੇ ਨੇ ਕਹਿੰਦੇ ਮੈਚ ਮੇਰੇ ਵੀਰੋ ਦੂਜੇ ਪਾਸੇ ਵੱਟ ਦਿੱਤਾ ਮੈਚ ਕਹਿੰਦੇ ਮੇਰੇ ਵੀਰੋ ਕੁਦਨੀ ਵਾਲੇ ਪਾਸੇ ਵੱਟ ਦਿੱਤਾ ਲਓ ਲਾਸਟ ਬਾਲ ਹੈ ਤੇ ਸਾਹਮਣੇ ਅੰਮ੍ਰਿਤਾ ਨਵੇਂ ਗਾਉਂ ਦੀ ਧਰਤੀ ਦਾ ਲੈ ਵੀ ਕੱਗੀ ਹੋ ਜਾ ਤਕੜਾ ਬਾਲ ਟਾਊਟ ਕਰਾ ਦੇ ਮੈਚ ਤੇਰੇ ਵਾਲੇ ਪਾਸੇ ਆ ਜੇ ਅੰਮ੍ਰਿਤ ਨੇ ਗੱਲਾਂ ਟਿਕਾਣੇ ਲਾਤੀਆਂ ਤੇ ਐਨ ਤੋਂ ਕਹਿੰਦੇ ਟੀਮ ਸੈਮੀ ਚ ਪੁੱਜ ਜਾਣੀ ਆ ਕੁਦਨੀ ਦੀ ਤੇ ਖੇਡੂਗੀ ਐਨ ਤੋਂ ਕਹਿੰਦੇ ਮੇਰੇ ਵੀਰੋ ਹਾਂ ਟੂਰਨਾਮੈਂਟ ਦੀ ਸੀ ਮੈਂ ਫੇਰ ਗੱਲ ਕਰਦਾ ਮੈਂ ਵੀ ਬਲਰਾਂ ਦੇ ਨਾਲ ਖੇਡੇਗੀ ਜਿਹੜੀ ਟੀਮ ਦੀ ਜਿੱਤ ਗਈ ਲਓ ਗੱਗੀ ਰਾਮਪੁਰੇ ਵਾਲਾ ਉੱਧਰ ਕਹਿੰਦੇ ਐਨ ਤੋਂ ਮੇਰੇ ਵੀਰੋ ਦੁਨੀਆ ਵੀ ਬੈਠੀ ਆ ਤੇ ਐਨ ਤੋਂ ਕਹਿੰਦੇ ਲੋਕਾਂ ਨੇ ਗੈਸ ਲਾਇਆ ਹੋਣਾ ਵੀ ਬਾਲ ਡਾਊਟ ਲੱਗੇਗੀ ਜੋ ਛੱਕਾ ਹੈ ਜਾਂ ਸਿੰਗਲ ਜਾਂ ਡਬਲ ਜਾਂ ਵਾਈਡ ਜਾਂ ਨੋ ਜਾਂ ਟਾਈਟ ਇਹ ਗੱਲ ਸਮੇਂ ਦੀ ਹੈ ਲਓ ਲਾਸਟ ਬਾਲ ਬੱਲੇ ਹੋ ਗਿਆ ਪਟਾਕੇ ਇੱਕ ਓਵਰ ਦਾ ਹੁਣ ਆਊ ਬਾਈ ਨਜ਼ਾਰਾ ਇੱਕ ਓਵਰ ਦਾ ਮੈਚ